ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ 1 ਤਰੀਕ 1 ਜੂਨ ਜਾਣੀ ਕਿ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਜਿਹੜੀਆਂ ਹੈਗੀਆਂ ਉਹ ਪੈਣੀਆਂ ਨੇ। ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਏਗੀ ਤੇ ਪ੍ਰਕਿਰਿਆ ਜਿਹੜੀ ਹੈਗੀ ਆ ਸ਼ਾਮ 5 ਵਜੇ ਤੱਕ ਚੱਲਣੀ ਆ। ਤਾਂ ਅੱਜ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜਲੰਧਰ ਪਹੁੰਚ ਰਹੇ ਨੇ ਤੇ ਨਾਲ ਹੀ ਜਿਹੜੇ ਪਵਨ ਕੁਮਾਰ ਟੀਮ ਹੈਗੇ ਨੇ ਹਲਕਾ ਜਲੰਧਰ ਤੋਂ ਉਮੀਦਵਾਰ, ਉਹਨਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਜਾਣਾ। ਗੱਲਬਾਤ ਵੀ ਕਰਾਂਗੇ, ਤਸਵੀਰਾਂ ਵੀ ਦਿਖਾਵਾਂਗੇ। ਐਸੇ ਤੁਸੀਂ ਦੇਖ ਲਓ, ਅਸੀਂ ਮੌਜੂਦ ਹੈਗੇ ਆ ਸੈਦਾ ਗੇਟ, ਜਲੰਧਰ ਦੇ ਸੈਦਾ ਗੇਟ ਵਿੱਚ, ਜਿੱਥੇ ਕਿ ਲੋਕ ਆਮ ਆਦਮੀ ਪਾਰਟੀ ਦੇ ਸਪੋਟਰ ਵੋਟਰ ਤੇ ਜਿਹੜੇ ਕਾਰਜਕਰਤਾ ਹੈਗੇ ਨੇ ਮੌਜੂਦ ਹੈਗੇ ਨੇ, ਗੱਲਬਾਤ ਵੀ ਕਰਾਂਗੇ। ਸਾਡੇ ਨਾਲ ਯੁਵਾ ਆਗੂ ਰੋਬਿਨ ਸਾਵਲਾ, ਰੋਬਿਨ ਸਾਵਲਾ ਬੜੇ ਯੁਵਾ ਆਗੂ ਹੈਗੇ ਨੇ ਔਰ ਕਾਫੀ ਪੈਠ ਰੱਖਦੇ ਨੇ ਰਾਜਨੀਤੀ ਵਿੱਚ। ਗੱਲਬਾਤ ਕਰਦੇ ਆ, ਕਿਵੇਂ ਵੇਖ ਰਹੇ ਹੋ ਕੌਮੀ ਕਨਵੀਨਰ ਆ ਰਹੇ ਨੇ? ਸਾਰੇ ਪੰਜਾਬ ਨੂੰ ਬਹੁਤ ਖੁਸ਼ੀ ਹੈ ਔਰ ਖਾਸ ਕਰ ਸਾਡੇ ਜਲੰਧਰ ਨੂੰ ਤਾਂ ਬਹੁਤ ਖੁਸ਼ੀ ਹੈ ਕਿ ਉਹ ਇਨਸਾਨ ਜਿਹੜਾ ਹਰ ਵਰਗ ਦੀ ਗੱਲ ਕਰਦਾ ਹੋਵੇ ਔਰ ਉਹਨੂੰ ਕਿਸੇ ਸ਼ਰੈਂਡਰ ਦੇ ਮੁਤਾਬਿਕ ਜੇਲ੍ਹ ਸੁੱਟਿਆ ਜਾਣਾ ਹੋਵੇ ਪਰ ਮਾਨਯੋਗ ਕੋਰਟ ਨੇ ਉਹਨਾਂ ਨੂੰ ਜ਼ਮਾਨ ਦੇ ਕੇ ਪ੍ਰਚਾਰ ਵਾਸਤੇ ਭੇਜਿਆ, ਉਹ ਸਾਡੇ ਤੱਕ ਆ ਰਹੇ ਆ। ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡੇ ਅੱਜ ਸਾਡਾ ਪਾਰਟੀ ਦਾ ਬੱਬਰ ਸ਼ੇਰ ਆ ਰਿਹਾ ਜਿਹੜਾ ਸਾਡੇ ਪੂਰੇ ਪੰਜਾਬ 'ਚ ਹੋਰ ਜਾਨ ਫੂਕ ਦੇਗਾ ਔਰ 13 ਦੇ 13 ਸਟੈਂਡਿੰਗ ਆਇਆ ਉਹ ਆਮ ਆਦਮੀ ਪਾਰਟੀ ਤੋਂ ਹੀ ਕੱਢ ਗਿਆ। ਲੱਗ ਰਿਹਾ ਅੱਜ ਐਵੇਂ ਲੱਗ ਰਿਹਾ ਜਿਵੇਂ ਕਿ ਯੁਵਾ ਜਿੰਨੇ ਵੀ ਨੌਜਵਾਨ ਹੈਗੇ ਨੇ ਬੱਬਾ ਭਾਰ ਹੋਏ ਪਏ ਨੇ ਆਪਣੇ ਜਿਹੜਾ ਕੌਮੀ ਕਨਵੀਨਰ ਉਹਨੂੰ ਵੇਖਣ ਲਈ। ਬਿਲਕੁਲ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸਾਡੇ ਸਾਰੇ ਵਲੰਟੀਅਰ ਕਾਰਜਕਰਤਾ ਸਾਰੇ ਪੱਗਾਂ ਭਾਰ ਰਹੇ ਕਿਉਂਕਿ ਸਾਰੇ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ, ਉਹਨਾਂ ਨੂੰ ਸੁਣਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੀ ਆਵਾਜ਼ ਉਹਨਾਂ ਦੀ ਸੋਚ ਐਸੀ ਹੈ ਜਿਹੜੀ ਹਰ ਇੱਕ ਇਨਸਾਨ ਜੋਸ਼ ਪਾ ਦਿੰਦੀ ਹੈ। ਇਹਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਨੇ ਵੀ ਕਿਹਾ ਵਾ ਵੀ ਮੁੱਖ ਮੰਤਰੀ ਦਿੱਲੀ ਨੂੰ ਗ੍ਰਿਫਤਾਰ ਕਰ ਸਕਦੇ, ਉਹਨਾਂ ਦੀ ਸੋਚ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਕੇਜਰੀਵਾਲ ਜੀ ਦੀ ਇਹ ਸੋਚ ਆ, ਇਹ ਸੋਚ ਦਿਖ ਰਹੀ ਆ ਸਾਨੂੰ। ਉਹਨਾਂ ਨੂੰ ਜੇਲ੍ਹ ਤੋਂ ਬੰਦ ਕਰ ਲਿਆ ਤੇ ਪੂਰਾ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਹੋਇਆ ਇਸ ਗੱਲ ਦਾ ਕਿ ਇਹ ਧੱਕਾ ਕਰ ਰਹੀ ਹੈ ਪਾਰਟੀਆਂ ਉਹਨਾਂ ਨਾਲ ਤੇ ਇੰਨੀ ਵੋਟ ਵਿੱਚ ਇੰਨੀ ਵੋਟ ਵਧੀ ਕਿ ਪਹਿਲਾਂ ਨਰਿੰਦਰ ਮੋਦੀ ਜੀ ਕਹਿੰਦੇ ਸੀਗੇ 400 ਪਾਰ ਤੇ ਹੁਣ ਕਹਿਣ ਲੱਗ ਪਏ 80 ਸਰਕਾਰ। ਇਹਦਾ ਹੀ ਅਸਰ ਇਹ ਹੈ ਕਿ ਜੇਲ੍ਹ ਦੇ ਵਿੱਚ ਪਈ ਹੋਈ ਤੁਸੀਂ ਸਰੀਰ ਨੂੰ ਬੰਦ ਕਰ ਸਕਦੇ ਹੋ, ਸੋਚ ਨੂੰ ਆਵਾਜ਼ ਨੂੰ ਜੱਜ ਨੂੰ ਬੰਦ ਨਹੀਂ ਕਰ ਸਕਦੇ। ਕਿਵੇਂ ਲੱਗ ਰਿਹਾ ਅੱਜ ਕੀ ਮੁਕਾਬਲਾ, ਕਿਵੇਂ ਰਿਹਾ ਦਿਲਚਸਪ ਮੁਕਾਬਲਾ ਜਲੰਧਰ ਸ਼ਹਿਰ? ਕੋਈ ਮੁਕਾਬਲਾ ਨਹੀਂ, ਆਮ ਆਦਮੀ ਪਾਰਟੀ ਜਿੱਤੇਗੀ, ਬਾਕੀ ਪਾਰਟੀਆਂ ਉੱਪਰ ਝਾੜੂ ਫਿਰੇਗਾ, ਕਿਸੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ। ਸਾਡੀ ਆਮ ਆਦਮੀ ਪਾਰਟੀ 13 ਦੇ 13 ਸੀਟਾਂ ਜਿੱਤ ਕੇ ਭਗਵੰਤ ਮਾਨ ਜੀ ਦੀ ਅਰਵਿੰਦ ਕੇਜਰੀਵਾਲ ਦੀ ਝੋਲੀ ਪਹੁੰਚ ਗਈ। ਬਿਲਕੁਲ, ਇਸ ਵੇਲੇ ਪੱਬਾਂ ਭਾਰ ਹੋਏ ਪਏ ਨੇ ਲੋਕ ਤੇ ਗੱਲਬਾਤ ਅੱਗੇ ਵੀ ਜਾਰੀ ਰੱਖਾਂਗੇ ਕਿ ਉਹ ਲੋਕ ਜਿਹੜੇ ਹੈਗੇ ਨੇ ਉਹਨਾਂ ਦਾ ਕੀ ਕਹਿਣਾ ਹੈ। ਇਸ ਵੇਲੇ ਵੱਡਾ ਇਕੱਠ ਜਿਹੜਾ ਵੱਡਾ ਇਕੱਠ ਲੈ ਕੇ ਇੱਕ ਜਗ੍ਹਾ ਤੇ ਰਮਨ ਅਰੋੜਾ ਵੀ ਮੌਜੂਦ ਹੈਗੇ ਨੇ ਕਿਉਂਕਿ ਅਗਵਾਈ ਇਹੋ ਹੀ ਕਰ ਰਹੇ ਨੇ ਐਤਕੀ। ਰਮਨ ਅਰੋੜਾ ਬੜੇ ਖੁਸ਼ ਹੈਗੇ ਨੇ ਅੱਜ ਏਡਾ ਵੱਡਾ ਹਜੂਮ ਦੇਖ ਕੇ। ਇਹਤੋਂ ਪਤਾ ਲੱਗਦਾ ਵੀ ਲੋਕੀ ਆਮ ਆਦਮੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ। ਜਦੋਂ 22 ਦੇ ਵਿੱਚ ਇਲੈਕਸ਼ਨ ਹੋ ਤੇ 92 ਸੀਟਾਂ ਦਾ ਜਿਹੜਾ ਫਤਵਾ ਸੀਗਾ, ਅੱਜ ਉਹੀ ਲਹਿਰ ਉਹੀ ਫਤਵਾ ਅੱਜ ਫਿਰ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ। ਜਿਸ ਤਰ੍ਹਾਂ 92 ਸੀਟਾਂ ਲਈਆਂ ਨੇ ਉਦਾਂ ਹੀ 13-0 ਲੈ ਕੇ ਪੰਜਾਬ ਨੂੰ ਨੰਬਰ 1 ਇਕਲਾ ਬਣਾ ਲਿਆ।
ਅੱਜ ਕੌਮੀ ਕਨਵੀਨਰ ਆ ਰਹੇ ਨੇ, ਅੱਜ ਤੁਹਾਡਾ ਵੀ ਮਨ ਉੱਛਲ ਰਿਹਾ। ਦੇਖੋ ਆਪਣੇ ਮਹਿਬੂਬ ਨੇਤਾ ਨੂੰ ਦੇਖਣ ਵਾਸਤੇ ਔਰ ਸੁਣਨ ਵਾਸਤੇ ਸਾਰੀ ਦੁਨੀਆ ਆਈ ਹੋਈ ਆ, ਤੇ ਅਸੀਂ ਵੀ ਆਪਣੇ ਮਹਿਬੂਬ ਨੇਤਾ ਨੂੰ ਦੇਖਣ ਵਾਸਤੇ ਆਏ ਔਰ ਕੁਛ ਤਾਂ ਦੇਖੋ ਹੋਣਾ ਹੀ ਹੈ ਜਦੋਂ ਸਾਡੇ ਲੀਡਰ ਆ ਰਹੇ ਨੇ। ਗੱਲ ਲੱਕੜੀ ਪਏਗੀ, ਗੱਲ ਲੱਕੜੀ ਪਏ, ਬਿਲਕੁਲ ਬਿਲਕੁਲ ਪਏਗੀ ਜੀ। ਆਪਣੇ ਮਹਿਬੂਬ ਨੇਤਾ ਹੈ, ਆਪਣੇ ਬੜੇ ਭਾਈ ਨੇ, ਜ਼ਰੂਰ ਪਏਗੀ ਜੀ। ਬਿਲਕੁਲ ਅੱਜ ਅਮਰ ਅਰੋੜਾ ਵੀ ਪੁੱਛਦੇ ਤਾਂ ਇੱਕ ਤਸਵੀਰ ਇੱਥੇ ਨਜ਼ਰ ਆ ਰਹੀ ਨੇ, ਜਿਹੜਾ ਸਿੰਬਲ ਹੈ ਆਮ ਆਦਮੀ ਪਾਰਟੀ ਦਾ, ਤੁਹਾਨੂੰ ਉਹਨੂੰ ਵੀ ਲੈਂਟਾ ਦਾ ਹੋਇਆ ਹੋਇਆ ਔਰ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਾਰਜਕਰਤਾ। ਪੂਰੇ ਇਸ ਵੇਲੇ ਰੌਣਕ ਬਾਜ਼ਾਰ ਦੇ ਆਸੇ ਪਾਸੇ ਇਲਾਕੇ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਮਿਲ ਰਿਹਾ, ਇੰਨਾ ਕੁ ਰਸ਼ ਜਿਹੜਾ ਹੈਗਾ ਇਸ ਜਗ੍ਹਾ ਤੇ। ਗੱਲਬਾਤ ਵੀ ਕਰਾਂਗੇ ਅੱਗੇ ਹੋਰ ਲੋਕਾਂ ਨਾਲ ਵੀ ਜਿਹੜੇ ਇੱਥੇ ਆਪਣੇ ਮਹਿਬੂਬ ਨੇਤਾ ਨੂੰ ਦੇਖਣ ਵਾਸਤੇ ਆ ਰਹੇ ਨੇ, ਕਿਵੇਂ ਲੱਗ ਰਿਹਾ ਅੱਜ ਕੌਮੀ ਕਨਵੀਨਰ ਆ ਰਹੇ ਨੇ? ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ। ਕੱਠ ਕੱਠ ਨੂੰ ਕਿਵੇਂ ਦੇਖ ਰਹੇ? ਦੇਖੋ ਜੀ ਕੱਠ ਤੇ ਬਹੁਤ ਹੋ ਰਿਹਾ, ਹੁਣ ਵੀ ਆ ਰਹੇ ਨੇ, ਹੋਰ ਵੀ ਪੂਰ ਬਹੁਤ ਜ਼ਿਆਦਾ ਆ ਰਹੇ ਨੇ। ਪਹਿਲੀ ਵਾਰੀ ਆ ਰਹੇ? ਨਹੀਂ ਨਹੀਂ, ਹਮੇਸ਼ਾ ਆਉਂਦੇ ਨੇ। ਲੋਕ ਸਭਾ ਚੋਣਾਂ ਚ ਪਹਿਲੀ ਵਾਰੀ? ਹਾਂਜੀ, ਲੋਕ ਸਭਾ ਚੋਣਾਂ ਦੇ ਵਿੱਚ ਪਹਿਲੀ ਵਾਰੀ ਆ ਰਹੇ? ਕੌਣ ਪਹਿਲੀ ਵਾਰੀ ਆ ਰਹੇ? ਆਪਣੇ ਮਹਿਬੂਬ ਨੇਤਾ ਨੂੰ ਵੇਖਣ ਲਈ ਆਏ? ਅਸੀਂ ਆਪਣੇ ਮਹਿਬੂਬ ਨੇਤਾ ਨੂੰ ਦੇਖਣ ਲਈ ਆ, ਅਸੀਂ ਉਹਨਾਂ ਦੇ ਨਾਲ ਆ, ਉਹਨਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ। ਬਾਕੀ ਪਾਰਟੀਆਂ ਜਿਹੜੀਆਂ ਨੇ ਕੋਈ ਕੰਮ ਨੀ ਇੰਨਾ ਵਧੀਆ ਕੀਤਾ, 75 ਸਾਲ ਦੇ ਵਿੱਚ ਉਹਨਾਂ ਨੇ ਕੋਈ ਏਦਾਂ ਦੀ ਐਕਟੀਵਿਟੀ ਨਹੀਂ ਕੀਤੀ ਜੋ ਕਿ ਇਹ ਆ ਪਾਰਟੀ 2 ਸਾਲਾਂ ਦੇ ਵਿੱਚ ਕਰਕੇ ਦਿਖਾਈ। ਬਿਲਕੁਲ ਐਸੇ ਦੇ ਤਸਵੀਰਾਂ ਵੀ ਦੇਖ ਸਕਦੇ ਹੋ ਦੈਨਿਕ ਸਵੇਰਾ ਟੀਵੀ ਦੇ ਉੱਤੇ, ਲਗਾਤਾਰ ਵਿਕਟਰੀ ਦਾ ਸਿੰਬਲ ਜਿਹੜਾ ਬਣਾਇਆ ਹੋਇਆ, ਵਿਕਟਰੀ ਦਾ ਸਿੰਬਲ। ਗੱਲਬਾਤ ਵੀ ਕਰਦੇ ਆ, ਅੱਜ ਬੜਾ ਚਾਅ ਚੜਿਆ ਹੋਇਆ ਸਾਡੇ ਕੇਜਰੀਵਾਲ ਵੀ ਆ ਰਹੇ ਨੇ, ਸਾਨੂੰ ਬਹੁਤ ਚਾਅ ਚੜਿਆ ਹੋਇਆ। ਕੇਜਰੀਵਾਲ ਆ ਰਹੇ ਸਾਡੇ ਸੁਪਰੀਮੋ, ਬਿਲਕੁਲ ਮਹਿਲਾਵਾਂ ਬਹੁਤ ਖੁਸ਼ ਨਜ਼ਰ ਆ ਰਹੀਆਂ ਨੇ, ਕਹਿੰਦੀਆਂ ਨੇ ਮਹਿਬੂਬ ਨੇਤਾ ਜਿਹੜੇ ਹੈਗੇ ਉਹਨਾਂ ਦੇ ਉਹ ਪਹੁੰਚ ਰਹੇ ਨੇ, ਉਹਨਾਂ ਨੂੰ ਮਿਲ ਆ ਰਹੇ ਨੇ, ਉਹਨਾਂ ਨੂੰ ਦੇਖਣ ਲਈ ਇਸ ਵੇਲੇ ਪੈਸਾ ਗੇਟ ਦੇ ਵਿੱਚ ਮਹਿਲਾਵਾਂ ਦਾ ਕੱਟ ਵੀ ਨਜ਼ਰ ਆ ਰਿਹਾ। ਔਰ ਇੱਕ ਤਸਵੀਰ ਫਿਰ ਦੁਬਾਰਾ ਦਿਖਾਵਾਂਗਾ, ਉਹੀ ਜਿਹੜਾ ਸਿੰਬਲ ਹੈਗਾ ਆ ਆਮ ਆਦਮੀ ਪਾਰਟੀ ਦਾ ਝਾੜੂ, ਉਹਨੂੰ ਲਾਈਟਾਂ ਨਾਲ ਸ਼ਿੰਗਾਰਿਆ ਹੋਇਆ ਤਾਂ ਕਿ ਜੇ ਲਾਈਟ ਯਾਨੀ ਕਿ ਜਿਹੜਾ ਸੂਰਜ ਜੇ ਛਿਪ ਵੀ ਜਾਂਦਾ ਤੇ ਇਹ ਸਿੰਬਲ ਐਵੇਂ ਹੀ ਚਮਕਦਾ ਹੋਇਆ ਨਜ਼ਰ ਆਵੇਗਾ। ਬਿਲਕੁਲ ਇੰਤਜ਼ਾਰ ਹੋ ਰਿਹਾ ਕੁਝ ਹੀ ਪਲਾਂ ਦੇ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਹਲਕਾ ਉਮੀਦਵਾਰ ਲੋਕ ਸਭਾ ਦੇ ਇਸ ਰੋਡ ਸ਼ੋਅ ਦੇ ਵਿੱਚ ਪੁੱਜਣ ਗਏ ਤੇ ਰੋਡ ਸ਼ੋਅ। ਥੋੜੀਆਂ ਜਿਹੀਆਂ ਤਸਵੀਰਾਂ ਸੀ, ਅੱਗੇ ਹੋ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਤਰ੍ਹਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ।
ਦਿੱਲੀ ਦੇ ਲੋਕਪ੍ਰਿਯ ਮੁੱਖ ਮੰਤਰੀ ਅਰੁਣ ਕੇਜਰੀਵਾਲ ਤੁਹਾਡੇ ਅੱਗੇ ਸਪੋਰਟ ਚੁੱਕੇ ਨੇ। ਤਸਵੀਰਾਂ ਨਜ਼ਰ ਆ ਰਹੀਆਂ ਨੇ ਸਾਡਾ ਦੇਸ਼ ਦੀਆਂ, ਜਿੱਥੇ ਗੱਲਬਾਤ ਕਰਦੇ ਆ। ਪਤਾ ਹੀ ਕਿਵੇਂ ਲੱਗ ਰਿਹਾ ਅੱਜ ਕੇਜਰੀਵਾਲ ਕੋਲ ਆ ਰਹੇ ਨੇ? ਹਾਂਜੀ ਹਾਂਜੀ, ਬਹੁਤ ਵਧੀਆ ਲੱਗ ਰਿਹਾ, ਵਧੀਆ ਕੰਮ ਕਰ ਰਹੇ ਨੇ। ਹੋਰ ਕੀ ਕਹਿ ਰਹੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਵਨ ਕੁਮਾਰ ਢਿੱਲੋਂ, ਸਾਫ ਸੁਥਰੀ ਸਿਆਸਤ ਔਰ ਇੱਕ ਲਹਿਰ ਤੇ ਆਮ ਆਦਮੀ ਪਾਰਟੀ ਦੇ ਵੀ ਸਿਆਸੀ ਪਾਰਟੀ ਦੇ ਇੱਕ ਆਮ ਲੋਕਾਂ ਦੀ ਲਹਿਰ ਔਰ ਇਹ ਲਹਿਰ ਨੂੰ ਲੋਕ ਸਪੋਰਟ ਕਰ ਰਹੇ ਨੇ। ਇਹ ਦੇਸ਼ ਵਿੱਚ ਘਰਾਣਿਆਂ ਦੀ ਖਤਮ ਕਰ ਰਹੇ, ਆਮ ਲੋਕਾਂ ਦਾ ਰਾਜ ਲੈ ਕੇ ਆ ਰਹੇ। ਅਰਵਿੰਦ ਕੇਜਰੀਵਾਲ ਜੀ ਦੇਸ਼ ਦੇ ਆਮ ਲੋਕਾਂ ਵਾਸਤੇ ਲੋਕ ਤਕਲੀਫਾਂ ਸਹਿ ਰਹੇ ਆ, ਜੇਲਾਂ ਵਿੱਚ ਜਾ ਰਹੇ ਆ, ਲੋਕ ਉਹਨਾਂ ਨੂੰ ਸਪੋਰਟ ਕਰ ਰਹੇ ਆ, ਲੋਕ ਉਹਨਾਂ ਨੂੰ ਦੇਖਣ ਵਾਸਤੇ ਸੁਣਨ ਵਾਸਤੇ ਉਤਾਰ ਰਹੇ। ਅਰੇ ਲੋਕਾਂ 'ਚ ਬੜਾ ਉਤਸ਼ਾਹ ਆ ਕੇਜਰੀਵਾਲ ਸਾਹਿਬ ਨੂੰ ਦੇਖਣ ਦਾ, ਕਿਹੜੇ ਪਕਾ ਭਾਰ ਹੋਏ ਪਏ ਨੇ। ਲੋਕ ਦੇਖੋ ਕਿੰਨੀ ਗਰਮੀ ਆ, ਇੰਨੀ ਗਰਮੀ ਦੇ ਬਾਵਜੂਦ, ਲੂ ਦੇ ਬਾਵਜੂਦ ਲੋਕ ਪਿੰਡਾਂ 'ਚੋਂ ਮਹੱਲਿਆਂ 'ਚੋਂ ਨਿਕਲ ਕੇ ਮੈਦਾਨ 'ਚ ਆਏ ਆ। ਇਹ ਆਮ ਆਦਮੀ ਪਾਰਟੀ ਦੀ ਜਿੱਤ ਦੀ ਨਿਸ਼ਾਨੀ। ਨੌਜਵਾਨ ਚਿਹਰੇ, ਨੌਜਵਾਨ ਚਿਹਰੇ ਕਿਹੜੇ ਰਹੇ ਹੋ? ਮਹਿਬੂਬ ਨੇਤਾ ਆ ਰਹੇ ਅੱਜ ਜੋ ਇਹ ਹਜੂਮ ਤੁਸੀਂ ਦੇਖ ਰਹੇ ਹੋ, ਇਹ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਚ ਆਮ ਆਦਮੀ ਦੇ ਜੋ ਕੰਮ ਹੈ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰ ਇੱਕ ਜਨਮਾਨਸ ਨੇ ਠਾਣ ਲਿਆ ਕਿ ਇਸ ਵਾਰ ਅਸੀਂ ਮਾਨ ਸਾਹਿਬ ਦਾ ਨਾਰਾ, ਕੇਜਰੀਵਾਲ ਸਾਹਿਬ ਦਾ ਨਾਰਾ ਕਿ
ਪੰਜਾਬ ਨੂੰ 13-0 ਦੀ ਜਿੱਤ ਦੇ ਨਾਲ ਅਸੀਂ ਸੰਸਦ ਦੇ ਵਿੱਚ ਭੇਜ ਰਹੇ ਹਾਂ। ਇਹ ਹਜੂਮ ਇਸ ਚੀਜ਼ ਦੀ ਗਵਾਹੀ ਦੇ ਰਿਹਾ। ਆਮ ਆਦਮੀ ਦੇ ਕਾਰਜਕਰਤਾ ਔਰ ਜਲੰਧਰ ਦੇ ਮੰਤਰ ਦੇ ਰਿਪੋਰਟਰ ਜਿਲ੍ਹਾ ਕੁੱਲ ਕਹਿਣਾ ਸਾਫ ਕਹਿਣਾ ਕਿ 13-0 ਦਾ ਨਾਰਾ ਜਿਹੜਾ ਭਗਵੰਤ ਮਾਨ ਸਾਹਿਬ ਨੇ ਦਿੱਤਾ ਸੀਗਾ ਉਸ ਨੂੰ ਪੂਰਾ ਕਰਕੇ ਦਿਖਾਵਾਂਗੇ ਤਾਂ 13-0 ਹੀ ਭਗਵੰਤ ਮਾਨ ਹੋਰਾਂ ਦੀ ਝੋਲੀ ਦੇ ਵਿੱਚ ਤੇ ਅਰਵਿੰਦ ਕੇਜਰੀਵਾਲ ਦੀ ਝੋਲੀ ਦੇ ਵਿੱਚ ਪਾਵਾਂਗੇ। ਤੇ ਇਸੇ ਖਬਰ ਨੂੰ ਲੈ ਕੇ ਲਗਾਤਾਰ ਤਾਜ਼ਾ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਉਂਦੇ ਰਹਾਂਗੇ। ਕੈਮਰਾਮੈਨ ਸਜੋ ਕੀ ਸੁਖਵਿੰਦਰ ਦੇ ਨਾਲ ਸੁਰਿੰਦਰ ਕਪੂਰ ਜਾਰੀ ਟੀਵੀ ਜਲੰਧਰ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।